ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸਿਆਸੀ ਮਾਹਰ ਗੁਰਮਿੰਦਰ ਸਿੰਘ ਸਮਤ ਮੌਜੂਦ ਨੇ। ਗੱਲਬਾਤ ਅਸੀਂ ਕਰਾਂਗੇ ਲਗਾਤਾਰ ਵਾਪਰ ਰਹੀਆਂ ਸਿਆਸੀ ਘਟਨਾਵਾਂ ਦੇ ਉੱਤੇ, ਕਿਉਂਕਿ ਇੱਕ ਨਾਲ ਇੱਕ ਕੜੀ ਜਿਹੜੀ ਆ ਲਗਾਤਾਰ ਜੁੜਦੀ ਜਾ ਰਹੀ ਹੈ। ਇੱਕ ਪਾਸਿਓਂ ਤਾਂ ਇੱਧਰ ਨਵੇਂ ਮੰਤਰੀ ਮੰਡਲ ਦੀ ਮੀਟਿੰਗ ਹੋਣ ਤੋਂ ਬਾਅਦ ਉਹਦੇ ਵਿੱਚ ਕਿਸਾਨਾਂ ਦੇ ਮਸਲਿਆਂ ਉੱਤੇ ਟਾਕ ਕੀਤੀ ਗਈ, ਕਿਸਾਨਾਂ ਨੇ ਭਾਰਤ ਬੰਦ ਕੀਤਾ ਸੀ ਉਹਨੂੰ ਲੈ ਕੇ ਬੀਜੇਪੀ ਦੀ ਕੇਂਦਰ ਸਰਕਾਰ ਜਿਹੜੀ ਹੈ ਉਹਦੇ ਵਿੱਚ ਖਲਬਲੀ ਨਜ਼ਰ ਆਈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਹਿੰਦੇ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲੇਗਾ, ਕਿਉਂਕਿ ਯੂਪੀ ਚ ਚੋਣਾਂ ਨੇ, ਹੋਰ ਵੀ ਕਈ ਸੂਬਿਆਂ ਚ ਚੋਣਾਂ ਹੋਣ ਦੇ ਕਾਰਨ ਇੱਧਰੋਂ ਪੰਜਾਬ ਦੇ ਵਿੱਚ ਵੀ ਨੇ। ਕਿਸਾਨਾਂ ਤੇ ਸਾਰੀ ਸਿਆਸਤ ਜਦੋਂ ਆ ਕੇ ਰੁਕਦੀ ਹੈ ਤਾਂ ਨਵੇਂ ਬਦਲਾਅ ਦੀ ਵੀ ਗੱਲ ਹੁੰਦੀ ਹੈ ਕਿ 2024 ਦਾ ਬਦਲਾਅ, ਇੱਕ ਟੀਚਾ ਜਿਹੜਾ ਪ੍ਰਸ਼ਾਂਤ ਕਿਸ਼ੋਰ ਜੀ ਦੇ ਪਿੱਛੇ ਨਜ਼ਰ ਆ ਰਹੇ ਨੇ ਕਿ ਉਹ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਜਾਂ ਪੂਰੇ ਭਾਰਤ ਦੇ ਵਿੱਚ ਕਾਂਗਰਸ ਦੇ ਲਈ ਨਵੀਂ ਪੋਲਿਟਿਕਸ, ਨਵੀਂ ਪੀੜ੍ਹੀ ਦੀ ਲੈ ਕੇ ਆ ਰਹੇ ਨੇ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਅੱਜ ਇੱਕ ਦਿਨ ਖਾਸ ਇਹ ਵੀ ਆ ਕਿ ਕਨਹੱਈਆ ਕੁਮਾਰ ਦੀ ਕਾਂਗਰਸ ਦੇ ਵਿੱਚ ਐਂਟਰੀ ਹੋ ਰਹੀ ਹੈ। ਗੁਜਰਾਤ ਤੋਂ ਇੱਕ ਵੱਡੇ ਲੀਡਰ ਕਹਿ ਲਓ ਕਿ ਅਨੁਸੂਚਿਤ ਜਾਤੀ ਦੇ ਵਿੱਚ ਉਹ ਜਿਹੜੇ ਆਜ਼ਾਦ ਤੌਰ ਦੇ ਉੱਤੇ MLA ਬਣ ਕੇ ਆਏ, ਜਿਹਨਾਂ ਨੂੰ ਕਾਂਗਰਸ ਦੀ ਸਪੋਰਟ ਰਹੀ, ਉਹ ਵੀ ਸ਼ਾਮਿਲ ਹੋ ਰਹੇ ਨੇ ਕਾਂਗਰਸ ਦੇ ਵਿੱਚ। ਉਧਰਲੇ ਪਾਸੇ ਇਨੈਲੋ ਦਾ ਜਦੋਂ ਇੱਕ ਵੱਡਾ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਜਿਹਦੇ ਵਿੱਚ ਚੌਟਾਲਾ ਹੋ ਰਹੀ ਤੇ ਪ੍ਰਕਾਸ਼ ਸਿੰਘ ਬਾਦਲ ਹੋ ਰਹੀ, ਭਾਜਪਾ ਦੇ ਵਿੱਚੋਂ ਵੀਰੇਂਦਰ ਸਿੰਘ ਹੋ ਰਹੀ, ਇੱਕ ਸਟੇਜ ਦੇ ਉੱਤੇ ਵੱਡੇ ਚਿਹਰੇ ਨਜ਼ਰ ਆਉਂਦੇ ਨੇ। ਉਧਰਲੇ ਪਾਸੇ ਹੋਰ ਵੱਡਾ ਸਿਨੈਰੀਓ ਜਦੋਂ ਅਸੀਂ ਦੇਖਦੇ ਹਾਂ ਤਾਂ ਕਾਂਗਰਸ ਦੇ ਨਾਲ ਸ਼ਿਵ ਸੈਨਾ ਦਾ ਆਉਣਾ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ, ਤ੍ਰਿਣਮੂਲ ਕਾਂਗਰਸ ਦਾ ਆਉਣਾ, ਹੋਰ ਛੋਟੇ ਛੋਟੇ ਦਲ ਜਿਹੜੇ ਨੇ ਉਹ ਸਾਰੇ ਇੱਕ ਪਲੇਟਫਾਰਮ ਦੀ ਉਡੀਕ ਕਰ ਰਹੇ ਨੇ, ਚਾਹੁੰਦੇ ਨੇ ਕਿ ਇੱਕ ਨਵਾਂ ਧੜਾ ਪੰਜਾਬ ਦੇਸ਼ ਦੇ ਵਿੱਚ ਖੜਾ ਹੋਵੇ ਮੋਦੀ ਲਹਿਰ ਨੂੰ ਠੱਲਣ ਦੇ ਲਈ। ਇਹ ਸਾਰਾ ਕੁਝ ਜਿਹੜਾ ਆ ਮੋਦੀ ਲਹਿਰ ਨੂੰ ਠੱਲਣ ਦੇ ਲਈ ਕਹਿੰਦੇ ਪ੍ਰਸ਼ਾਂਤ ਕਿਸ਼ੋਰ ਨੂੰ ਨਾਲ ਲੈ ਕੇ ਉਹਦੀ ਰਣਨੀਤੀ ਦੇ ਤਹਿਤ ਚੱਲ ਰਿਹਾ। 2024 ਭਾਵੇਂ ਦੂਰ ਹੈ ਪਰ ਗਿਣਤੀਆਂ ਮਿਣਤੀਆਂ ਹੁਣ ਤੋਂ ਹੀ ਸ਼ੁਰੂ ਹੋ ਚੁੱਕੀਆਂ ਨੇ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਜਦੋਂ ਕੈਪਟਨ ਸਾਹਿਬ ਕਹਿੰਦੇ ਨੇ ਕਿ ਨਵਜੋਤ ਸਿੱਧੂ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਨਹੀਂ ਬਣਨ ਦੇਣਾ, ਉਹ ਇੱਕ ਵੱਡਾ ਖਤਰਾ ਨੇ, ਤੇ ਮੈਂ ਸਿੱਧੂ ਦੇ ਬਰਾਬਰ ਇੱਕ ਨਵਾਂ ਚਿਹਰਾ ਪੰਜਾਬ ਦੇ ਵਿੱਚ ਖੜਾ ਕਰਾਂਗਾ ਜਿਹੜਾ ਸਿੱਧੂ ਨੂੰ ਟੱਕਰ ਦੇਗਾ। ਜਦੋਂ ਕੈਪਟਨ ਸਾਹਿਬ ਰਾਸ਼ਟਰਵਾਦ ਦੀ ਗੱਲ ਕਰਦੇ ਨੇ ਤਾਂ ਪਿੱਛੋਂ ਕਿਤੇ ਨਾ ਕਿਤੇ ਚਰਚਾਵਾਂ ਉੱਠਦੀਆਂ ਕਿ ਬੀਜੇਪੀ ਬੋਲਦੀ ਹੈ, ਬੀਜੇਪੀ ਨੂੰ ਵੀ ਰਾਸ਼ਟਰਵਾਦ ਦਾ ਰਾਜ ਪਸੰਦ ਹੈ ਤੇ ਕੈਪਟਨ ਸਾਹਿਬ ਵੀ ਉਹੀ ਗੱਲਾਂ ਕਰਦੇ ਨੇ, ਇਸ ਲਈ ਚਰਚਾ ਅਸੀਂ ਇਸ ਉੱਤੇ ਕਰਾਂਗੇ। ਸਵਾਗਤ ਹੈ ਤੁਹਾਡਾ ਸਮਤ ਸਾਹਿਬ। ਤਖ਼ਤ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੈਂ ਕਾਫੀ ਕੁਝ ਜਿਹੜਾ ਵਿਸਥਾਰ ਵਿੱਚ ਦੱਸ ਦਿੱਤਾ, ਸ਼ੁਰੂਆਤ ਜਿਹੜੀ ਹੈ ਪ੍ਰਸ਼ਾਂਤ ਕਿਸ਼ੋਰ ਦੀ ਸਿਆਸਤ ਤੋਂ ਕਰ ਲਈਏ, ਕਿੱਦਾਂ ਦੇਖਦੇ ਹੋ ਕਿ ਵੱਡਾ ਬਦਲਾਅ ਆਉਣ ਵਾਲਾ? ਤੁਸੀਂ ਬੰਗਾਲ ਇਲੈਕਸ਼ਨ ਤੋਂ ਪਹਿਲਾਂ ਬਿਹਾਰ ਇਲੈਕਸ਼ਨ ਦੇਖੋ, ਉਹਦੇ ਵਿੱਚ ਵੀ ਪ੍ਰਸ਼ਾਂਤ ਕਿਸ਼ੋਰ ਦਾ ਬੜਾ ਵੱਡਾ ਅਹਿਮ ਕਿਰਦਾਰ ਸੀ ਔਰ ਉਸਨੇ ਇਹ ਜਿਹੜਾ ਇਸ ਵੇਲੇ ਆਪਣੇ ਪੰਜਾਬ ਦੇ ਵਿੱਚ ਜ਼ਾਤ ਦਾ ਕਾਰਡ ਹੈਗਾ ਵੱਡੇ ਲੈਵਲ ਤੇ ਆਉਣ ਦਾ ਕਾਰਨ, ਉਹਦਾ ਕਾਰਨ ਪ੍ਰਸ਼ਾਂਤ ਕਿਸ਼ੋਰ ਹੀ ਹੈ। ਪਹਿਲਾਂ ਅੱਗੇ ਧਰਮ ਦੇ ਨਾਂ ਦੇ ਉੱਪਰ ਜਾਂ ਜੱਟਵਾਦ ਨੂੰ ਲੈ ਕੇ ਨੋਰਮਲ ਗੱਲਾਂ ਹੁੰਦੀਆਂ ਸੀ, ਪਤਾ ਹੀ ਸੀ ਕਿ ਬੈਕਵਰਡ ਕਲਾਸ, SC ਕਲਾਸ ਇਹ ਕਦੇ ਵੀ ਉਸ ਮਿਆਰ ਤੇ ਨਹੀਂ ਪਹੁੰਚ ਸਕਦੇ ਕਿ ਮੁੱਖ ਮੰਤਰੀ ਦੀ ਗੱਦੀ ਤੇ ਬੈਠ ਸਕਣ। ਇੱਕ ਘਟਨਾ ਇਤਿਹਾਸ ਵਿੱਚ ਮੰਨੀ ਜਾਂਦੀ ਸੀ ਕਿ ਸ਼ਾਇਦ ਉਹ ਗਲਤੀ ਨਾਲ ਹੋ ਗਿਆ ਸੀ ਕਿ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਉਸ ਤੋਂ ਬਾਅਦ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਮੁੱਖ ਮੰਤਰੀ ਦੀ ਕੁਰਸੀ ਜੱਟਾਂ ਤੋਂ ਬਿਨਾਂ ਕਿਸੇ ਨੂੰ ਜਾ ਸਕਦੀ ਹੈ। ਸੋ ਪ੍ਰਸ਼ਾਂਤ ਕਿਸ਼ੋਰ ਨੇ ਉਹ ਕੀ ਕਰਦਾ, ਉਹ ਅੰਕੜਿਆਂ ਦੀ ਲੜਾਈ ਲੜਦਾ, ਉਹ ਲੋਕਾਂ ਦੇ ਭਾਵਨਾਵਾਂ ਨੂੰ ਅੰਕੜਿਆਂ ਦੇ ਨਾਲ ਉਜਾਗਰ ਉਤੇਜਿਤ ਕਰਦਾ ਹੈਗਾ। ਸੋ ਅੰਕੜੇ ਜੋ ਪੰਜਾਬ ਦੇ ਬੋਲਦੇ ਨੇ, ਅੰਕੜੇ ਹੀ ਬੋਲਦੇ ਨੇ ਕਿ 32-36% ਸ਼ਡਿਊਲ ਕਾਸਟ ਹੈਗੇ ਨੇ, 25-28% ਬੈਕਵਰਡ ਕਲਾਸ ਹੈਗੇ ਨੇ, ਤੇ ਜੇ ਉਹਨਾਂ ਨੂੰ ਤੁਸੀਂ ਜੋੜ ਦਿੰਦੇ ਹੋ ਦੋਵਾਂ ਨੂੰ ਤੇ 55% ਤੋਂ 60% ਦੇ ਵਿਚਾਲੇ ਕਿਤੇ ਖੜ ਜਾਂਦੇ ਨੇ, ਜੋ 2/3 ਹਿੱਸਾ ਬਣ ਜਾਂਦਾ ਪੰਜਾਬ ਦੀ ਵੋਟਰ ਦਾ। ਔਰ ਜੇ ਸਾਡੇ ਮਤਦਾਤਾ ਇੰਨੇ ਵੱਡੇ ਹਿੱਸੇ ਵਿੱਚ ਆ ਜਾਂਦੇ ਨੇ, ਜੋ ਦਰੜੇ ਕੁਚਲੇ ਲੋਕ ਨੇ, ਉਹਨਾਂ ਨੂੰ ਤੁਸੀਂ ਮੂਹਰੇ ਲਾ ਲੈਂਦੇ ਹੋ, ਮਤਲਬ ਆਪਣਾ ਜਥੇਦਾਰ ਬਣਾ ਲੈਂਦੇ ਹੋ, ਤਾਂ ਡੈਫੀਨੇਟ ਆ ਕਿ ਉਹ ਇੱਕ ਸਿਆਸਤ ਦੇ ਵਿੱਚ ਨਵੀਂ ਇੱਕ ਪਰਤਦਾਰੀ, ਨਵੀਂ ਚੀਜ਼ਾਂ ਨਿਕਲ ਕੇ ਆਉਣਗੀਆਂ ਜੋ ਕਿ ਨਾ ਗਵਾਰਾ ਗੁਜ਼ਰਨਗੀਆਂ ਉੱਚੇ ਤਬਕੇ ਨੂੰ, ਜੱਟਵਾਦ ਨੂੰ ਉਹ ਕਦੇ ਵੀ ਗਵਾਰਾ ਨਹੀਂ ਹੋਏਗਾ। ਔਰ ਤੁਸੀਂ ਇਹਦਾ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਦੇਖ ਵੀ ਲਓਗੇ, ਕਿਉਂਕਿ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਤਾਂ ਬਣਾਇਆ ਪਰ ਉਹਨਾਂ ਦਾ ਹਾਲ ਜੋ ਹੋਏਗਾ ਉਹ ਮੇਲੇ ਵਿੱਚ ਚੱਕੀ ਰਾਉਣੇ ਵਾਲਾ ਹੋਣ ਵਾਲਾ ਹੈਗਾ। ਕਿਉਂਕਿ ਹੁਣ ਵੀ ਜਿਹੜੇ ਅੱਜ ਟਵੀਟ ਆਇਆ ਹੈਗਾ DGP ਸਾਹਿਬ ਦਾ, ਐਕਸ DGP ਦਾ, ਮੁਹੰਮਦ ਮੁਸਤਫਾ ਜਿਨ੍ਹਾਂ ਦੀ
ਸ਼ਰੀਕੇ ਹਯਾਤ ਮਲੇਰਕੋਟਲਾ ਤੋਂ ਵਿਧਾਇਕ ਵੀ ਨੇ ਤੇ ਕੱਲ ਜਿਨ੍ਹਾਂ ਨੇ ਸਹੁੰ ਵੀ ਚੱਕੀ ਹੈ ਵਿਧਾਨ ਦੀ ਕਿ ਉਹ ਮੰਤਰੀ ਬਣੇ ਨੇ, ਪਰ ਹਲੇ ਸੁਖਵਿੰਦਰ ਜੀ ਮੰਤਰੀ ਪਦ ਦਿੱਤੇ ਨਹੀਂ ਗਏ, ਹਨਾ। ਤੋ ਪੰਜਾਬ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਬਿਹਾਰ ਤੋਂ ਬਾਅਦ ਚਾਹੇ ਪ੍ਰਸ਼ਾਂਤ ਕਿਸ਼ੋਰ ਬੰਗਾਲ ਵਿੱਚ ਚਲਿਆ ਜਾਂਦਾ, ਬੰਗਾਲ ਵਿੱਚ ਆਪਾਂ ਨੂੰ ਪਤਾ ਕਿ ਬੰਗਾਲ ਵਿੱਚ ਸਭ ਤੋਂ ਉੱਥੇ ਵੀ ਜਾਤ ਪਾਤ ਦੀ ਜੇਕਰ ਪੋਲੀਟਿਕਸ ਨਾ ਹੁੰਦੀ ਤਾਂ ਨਰਿੰਦਰ ਮੋਦੀ ਬੰਗਲਾਦੇਸ਼ ਕਦੇ ਨਾ ਜਾਂਦੇ। ਉਹ ਬੰਗਲਾਦੇਸ਼ ਜਾਣ ਦਾ ਕਾਰਨ ਇਹ ਸੀ ਕਿ ਜਾਤ ਪਾਤ ਦੇ ਹਿਲਜੁਲ ਕਰਨ ਲਈ ਉਹਨਾਂ ਨੂੰ ਇਹ ਸਾਰਾ ਕੁਛ ਕਰਨਾ ਪਿਆ, ਮਤਲਬ ਅੱਕ ਚਬਾਉਣਾ ਪਿਆ। ਜਿਸ ਮੁਲਕ ਨੂੰ ਉਹ ਸਾਰੀ ਆਪਣੇ ਰਾਜਸੀ ਸਫ਼ਰ ਦੇ ਵਿੱਚ ਭੰਡਦੇ ਰਹੇ, ਜਿਸ ਮੁਲਕ ਦੇ ਲੋਕਾਂ ਨੂੰ ਹਿੰਦੁਸਤਾਨ ਵਿੱਚ ਵੜਨ ਦੇ ਉੱਪਰ ਉਹਨਾਂ ਨੇ ਐਡੇ ਐਡੇ ਵੱਡੇ NRC ਵਰਗੇ ਕਾ ਵਰਗੇ ਵੱਡੇ ਵੱਡੇ ਲਾਅ ਖੜੇ ਕਰਤੇ, ਉਹਦੇ ਉਸ ਮੁਲਕ ਵਿੱਚ ਜਾਣਾ, ਉੱਥੋਂ ਦੇ ਮੰਦਰ ਵਿੱਚ ਮੱਥਾ ਟੇਕਣਾ, ਹਾਲਾਤ ਇਹ ਨੇ ਕਿ ਕਿਤੇ ਨਾ ਕਿਤੇ ਰਾਹੁਲ ਗਾਂਧੀ ਨੂੰ ਇਹ ਲੱਗਣ ਲੱਗ ਪਿਆ, ਪਤਾ ਨਹੀਂ ਕਦੋਂ ਸੁਪਨਾ ਆ ਗਿਆ ਕਿ ਉਹ ਪ੍ਰਧਾਨ ਮੰਤਰੀ ਬਣ ਸਕਦਾ। ਸੋ ਇਹ ਜਿਹੜੀਆਂ ਸਫ਼ਾਬੰਦੀ ਹੋ ਰਹੀ ਆ, ਇਹ ਰਾਹੁਲ ਗਾਂਧੀ ਨੂੰ ਮੂਹਰੇ ਰੱਖ ਕੇ ਪ੍ਰਧਾਨ ਮੰਤਰੀ ਬਣਾਉਣ ਦੀ ਸਾਰੀ ਕਵਾਇਤ ਸ਼ੁਰੂ ਕਰਕੇ ਇਹ ਕੰਮ ਪ੍ਰਸ਼ਾਂਤ ਕਿਸ਼ੋਰ ਸ਼ੁਰੂ ਕਰ ਰਿਹਾ। ਤੁਹਾਡੇ ਯਾਦ ਹੋਏਗਾ ਜਦੋਂ ਪਿਛਲੀ ਵਾਰ ਗੁਜਰਾਤ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸੀ ਤਾਂ ਉਦੋਂ ਬਹੁਤ ਵੱਡਾ ਇੱਕ ਅੰਦੋਲਨ ਹੋਇਆ ਸੀ ਗੁਜਰਾਤ ਵਿੱਚ ਪੱਟੀਦਾਰ ਜਾਤੀ ਦਾ, ਜਿਹਦਾ ਇੱਕ ਬੜਾ ਵੱਡਾ ਨੇਤਾ ਹੋ ਕੇ ਨਿਕਲਿਆ ਸੀ, ਹਾਰਦਿਕ ਪਟੇਲ ਸੀ ਸ਼ਾਇਦ ਉਹਦਾ ਨਾਮ, ਹਾਰਦਿਕ ਪਾਂਡਿਆ ਆ ਰਿਹਾ ਸੀ ਕ੍ਰਿਕਟਰ ਦਾ ਨਾਮ। ਹਾਰਦਿਕ ਪਟੇਲ ਮਤਲਬ ਕਿਸ ਲੈਵਲ ਤੇ ਲੈ ਗਿਆ ਸੀ ਕਿ ਜੋ ਹਾਲਾਤ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ਤੇ ਮੋਦੀ ਦੇ ਕੀਤੇ ਸੀ ਉਹੀ ਹਾਲਾਤ ਹਾਰਦਿਕ ਪਟੇਲ ਨੇ ਕੀਤੇ ਸੀ, ਪਰ ਉਹਨੇ ਕੀ ਕੀਤਾ ਸੁਖਵਿੰਦਰ ਜੀ, ਉਹ ਕਾਂਗਰਸ ਵਿੱਚ ਚਲਾ ਗਿਆ ਤੇ ਅੱਜ ਉਹਨੂੰ ਕੋਈ ਵੀ ਨਹੀਂ ਜਾਣਦਾ। ਸੋ ਕਾਂਗਰਸ ਹੁਣ ਤੁਸੀਂ ਗੱਲ ਕਰਕੇ ਹਟੇ ਹੋ, ਇਹ ਅੱਜ ਆਪਣੇ ਨਵੇਂ ਕਾਕਾ ਜੀ ਦਾ ਜੁਆਇਨ ਕਰ ਰਹੇ ਨੇ, ਮੈਂ ਨਾਮ ਭੁੱਲ ਗਿਆ ਇਹਨਾਂ ਦਾ, ਕੀ ਨਾਮ ਸੀ ਜੀ? ਕਨਈਆ ਕੁਮਾਰ। ਕਨਈਆ ਕੁਮਾਰ ਜੀ, ਕਨਈਆ ਕੁਮਾਰ ਹੁਣ JNU ਦੀਆਂ ਸਰਦਲਾਂ ਤੋਂ ਉੱਠਿਆ ਹੋਇਆ ਰਾਸ਼ਟਰੀ ਪੱਧਰ ਦਾ ਇੰਨਾ ਵੱਡਾ ਨਾਮ ਹੋ ਗਿਆ ਜੋ ਨਿਸ਼ਚਿਤ ਤੌਰ ਤੇ ਕਾਮਰੇਡਾਂ ਦਾ ਮਤਲਬ ਵੱਡਾ ਝੰਡਾ ਬਰਦਾਰ ਤਾਂ ਹੋਇਆ, ਪਰ ਨਾਲ ਨਾਲ ਜਾਤੀਗਤ ਰਾਜਨੀਤੀ ਨੂੰ ਵੀ ਤਾਂ ਹਵਾ ਉਹੀ ਦੇ ਰਿਹਾ, ਉਹ ਵੀ ਤਾਂ ਉਸਦਾ ਹਿੱਸਾ ਬਣਿਆ ਕਿ ਤੁਸੀਂ ਦਰੜਿਆਂ ਨੂੰ ਲਗਾਤਾਰ ਦਰੜ ਰਹੇ ਹੋ, ਉਹਨਾਂ ਨੂੰ ਉਹਨਾਂ ਦੀ ਹਿੱਸਾ ਪੱਤੀ ਨਹੀਂ ਮਿਲ ਰਹੀ। ਹਾਲਾਂਕਿ ਮੰਡਲ ਕਮਿਸ਼ਨ ਤੋਂ ਬਾਅਦ ਜਿੰਨੀ ਕੁ ਰਿਜ਼ਰਵੇਸ਼ਨ ਇਸ ਵੇਲੇ ਸੁਪਰੀਮ ਕੋਰਟ ਅਲਾਓ ਕਰ ਸਕਦੀ ਸੀ ਮੈਨੂੰ ਲੱਗਦਾ ਪੂਰੀ ਕੀਤੀ ਹੋਈ ਹੈ, ਜਨਰਲ ਕੋਲ ਤਾਂ ਕੁਛ ਬਚਿਆ ਹੀ ਨਹੀਂ ਹੈਗਾ। ਔਰ ਉਹ ਚੀਜ਼ਾਂ ਇਸ ਵੇਲੇ ਦਰਜਾਬੰਦੀ ਜਨਰਲ ਤੇ SC ਦੀ ਇੰਨੀ ਜ਼ਿਆਦਾ ਹੋ ਗਈ ਕਿ ਉਹਨਾਂ ਨੂੰ ਲੱਗਦਾ ਕਿ ਸਾਡੀਆਂ ਸੀਟਾਂ ਦੇ ਹੱਕ ਮਾਰ ਰਹੇ ਨੇ, ਉਹ ਇੱਕ ਨਫ਼ਰਤ ਨੂੰ ਪੈਦਾ ਕਰਨ ਵਾਲੀ ਗੱਲ ਸਾਬਤ ਹੋ ਰਹੀ ਹੈ। ਔਰ ਇਹ ਹੌਲੀ ਹੌਲੀ ਜਾ ਕੇ ਅੱਗੇ ਜਾ ਕੇ ਭਾਂਬੜ ਮਚਾਏਗੀ, ਹਾਲੇ ਉਸ ਲੈਵਲ ਤੇ ਚੀਜ਼ ਨਹੀਂ ਹੈਗੀ। ਹਾਂ, ਪੰਜਾਬ ਦੇ ਵਿੱਚ ਵੀ ਉਹੀ ਜਾਤੀਗਤ ਰਾਜਨੀਤੀ ਦਾ ਖੇਡ ਖੇਡਿਆ ਜਾ ਰਿਹਾ, ਚਰਨਜੀਤ ਚੰਨੀ ਨੂੰ ਬਣਾ ਦਿੱਤਾ ਗਿਆ, ਹਾਲਾਂਕਿ ਜੇ ਦੇਖਿਆ ਜਾਵੇ ਉਹਨਾਂ ਦੀ ਕਾਂਗਰਸ ਵਿੱਚ ਸੀਨੀਓਰਿਟੀ ਬਹੁਤ ਅੱਗੇ ਨਹੀਂ ਹੈਗੀ, ਬਟ ਜਦੋਂ ਤੁਸੀਂ ਉਹਨਾਂ ਦੀ ਸੈਗਮੈਂਟੇਸ਼ਨ ਕਰ ਦਿੰਦੇ ਹੋ ਕਿ ਇੱਕ ਤਥਾਕਥਿਤ ਮਤਲਬ ਜਾਤੀ ਦੇ ਵਿੱਚ ਚਲੇ ਜਾਂਦੇ ਹੋ ਜੀ, ਇਹ SC ਦੇ ਮੈਂਬਰ ਨੇ ਔਰ ਇਹ ਸਿੱਖ ਨੇ, ਪੱਗ ਵੀ ਬੰਨਦੇ ਨੇ, ਹਾਲਾਂਕਿ ਉਹਨਾਂ ਉੱਪਰ ਕ੍ਰਿਸਚਨ ਹੋਣ ਦਾ ਵੀ ਇਲਜ਼ਾਮ ਲੱਗਦਾ, ਇਲਜ਼ਾਮ ਨਹੀਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਕ੍ਰਿਸਚਨ ਹੋਣਾ ਕੋਈ ਇਲਜ਼ਾਮ ਨਹੀਂ ਹੈਗਾ, ਹਰ ਇੱਕ ਦਾ ਆਪਣਾ ਆਪਣਾ ਹੱਕ ਆ, ਕੋਈ ਵੀ ਧਰਮ ਨੂੰ ਮੰਨ ਸਕਦਾ ਕਿਸੇ ਨੂੰ ਵੀ, ਪਰ ਉਹਨਾਂ ਨੂੰ ਸ਼ਡਿਊਲ ਕਾਸਟ ਵਿੱਚ ਹੋਣ ਦਾ ਸਭ ਤੋਂ ਵੱਡਾ ਮੌਕਾ ਮਿਲਿਆ ਔਰ ਪੱਗ ਬੰਨਣ ਕਰਕੇ ਉਹ ਚੌਧਰੀ ਸੰਤੋਖ ਸਿੰਘ, ਰਾਜਕੁਮਾਰ ਵੇਰਕਾ ਤੇ ਹੋਰ ਵੱਡੇ ਵੱਡੇ ਦਲਿਤ ਨੇਤਾਵਾਂ ਨੂੰ ਪਰਾ ਕਰਕੇ ਉਹ ਅੱਗੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਆਸੀਨ ਹੋਏ ਨੇ। ਸੋ ਹਾਲਾਤ ਮੈਂ ਇਹ ਕਹਿ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੀ ਇਹ ਵੀ ਤਾਂ ਬੇਉਂਤ ਬੰਦੀ ਆ, ਪ੍ਰਸ਼ਾਂਤ ਕਿਸ਼ੋਰ ਨੇ ਇੰਨਾ ਕੁ ਰਿੜਕਾ ਮਾਰਿਆ ਆਪਣੀਆਂ ਅੱਗੇ ਨਾ ਮਾਵਾਂ ਸਾਡੀਆਂ ਭੈਣਾਂ ਸਵੇਰੇ ਸਵੇਰੇ ਦੁੱਧ ਚੋਂ ਜਦੋਂ ਜਾਗ ਲੱਗਦਾ ਸੀ ਕਾੜਨੀ ਵਾਲਾ ਦੁੱਧ ਪੀਓ ਨਾ ਦਹੀਂ ਜਗਾਉਂਦੇ, ਉਹ ਪੂਰਾ ਰਿੜਕਦੇ ਸੀ, ਰਿੜਕ ਕੇ ਮੱਖਣ ਕੱਢਿਆ ਜਾਂਦਾ ਸੀ ਤੇ ਪ੍ਰਸ਼ਾਂਤ ਕਿਸ਼ੋਰ ਨੇ ਜਿਸ ਤਰੀਕੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਰਿੜਕਿਆ, ਤੁਸੀਂ ਦੇਖੋ ਵੀ ਇੱਕ ਦਿਨ ਦੇ ਵਿੱਚ ਕਿਹੜੀ ਅੱਜ ਤੱਕ ਰਾਜਨੀਤਿਕ ਪਾਰਟੀ ਵਿੱਚ ਹੋਇਆ 75 ਸਾਲਾਂ ਦੇ ਵਿੱਚ ਵੀ ਇੱਕ ਦਿਨ ਦੇ ਵਿੱਚ 5 ਬੰਦਿਆਂ ਦੇ ਉੱਪਰ ਇੰਨੀ ਵੱਡੀ ਡਿਸਕਸ਼ਨ ਹੋਈ ਆ ਕਿ ਕਿਉਂ ਨਾ 1, 2, 3, 4, 5 ਬੰਦਿਆਂ ਚੋਂ ਇੱਕ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ, ਇਹ ਕੋਈ ਸਮਝਦਾਰੀ ਵਾਲੀ ਗੱਲ ਤਾਂ ਨਹੀਂ ਦੇਖੀ ਜਾ ਸਕਦੀ। ਪਰ ਮੈਂ ਕਹਿੰਦਾ ਇਹ ਸਿੰਪਲ ਟੈਸਟਿੰਗ ਸੀ ਪ੍ਰਸ਼ਾਂਤ ਕਿਸ਼ੋਰ ਦੀ, ਉਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਰਿਹਾ ਔਰ ਉਹਨਾਂ ਦੀਆਂ ਭਾਵਨਾਵਾਂ ਨੂੰ ਬਹੁਤ ਨੇੜਿਓ ਹੋ ਕੇ ਵਾਚ ਰਿਹਾ, ਵਾਚ ਰਿਹਾ ਮਤਲਬ ਤੱਕ ਰਿਹਾ, ਬਹੁਤ ਮਨਿਊਟਲੀ ਜਾ ਕੇ ਉਹਨੂੰ ਅਬਜ਼ਰਵ ਕਰ ਰਿਹਾ। ਇਸੇ ਤਰੀਕੇ ਨਾਲ ਉਹਨੇ ਉਪ ਮੁੱਖ ਮੰਤਰੀ ਵਾਲੇ ਕੀਤਾ ਔਰ ਇਸੇ ਤਰੀਕੇ ਨਾਲ ਉਹਨੇ ਨਾਗਰਾ ਵਰਗੇ ਬੰਦੇ ਨੂੰ ਵੀ ਸੂਚੀ ਚੋਂ ਬਾਹਰ ਕਰਕੇ ਕਾਕੇ ਨੂੰ ਰਣਦੀਪ ਨੂੰ ਅੰਦਰ ਕੀਤਾ। ਤੁਹਾਨੂੰ ਲੱਗ ਰਿਹਾ ਕਿ ਸਾਰਾ ਕੁਛ ਨਵਜੋਤ ਸਿੰਘ ਸਿੱਧੂ ਦੇ ਹਿਸਾਬ ਨਾਲ ਹੋ ਰਿਹਾ, ਸਾਨੂੰ ਲੱਗ ਰਿਹਾ ਕਿ ਸਾਰਾ ਕੁਛ ਰਾਹੁਲ ਗਾਂਧੀ ਦੇ ਹਿਸਾਬ ਨਾਲ ਹੋ ਰਿਹਾ,
ਨਹੀਂ, ਸਾਰਾ ਕੁਛ ਪ੍ਰਸ਼ਾਂਤ ਕਿਸ਼ੋਰ ਦੇ ਹਿਸਾਬ ਨਾਲ ਹੋ ਰਿਹਾ। ਪਰ ਜਦੋਂ ਅਮਰਿੰਦਰ ਸਿੰਘ ਵੀ ਲੱਗਿਆ ਹੋਇਆ ਸੀ ਉਹ ਵੀ ਪ੍ਰਸ਼ਾਂਤ ਕਿਸ਼ੋਰ ਦੇ ਹਿਸਾਬ ਨਾਲ ਹੀ ਕਰ ਰਿਹਾ ਸੀ, ਪਰ ਜਦੋਂ ਪ੍ਰਸ਼ਾਂਤ ਕਿਸ਼ੋਰ ਨੂੰ ਲੱਗਿਆ ਕਿ ਅਮਰਿੰਦਰ ਸਿੰਘ ਹੌਲੀ ਹੌਲੀ ਗ੍ਰਾਫ ਇੰਨਾ ਕੁ ਥੱਲੇ ਜਾ ਰਿਹਾ ਕਿ ਇਸ ਕਿਸ਼ਤੀ ਵਿੱਚ ਸਫ਼ਰ ਕਰਨਾ ਆਪਣੇ ਆਪ ਨੂੰ ਡੋਬਣਾ ਹੀ ਹੈਗਾ, ਤਾਂ ਉਹਨੇ ਰਾਹੁਲ ਗਾਂਧੀ ਵਾਲੀ ਵੱਡੇ ਜਹਾਜ਼ ਵਿੱਚ ਛਾਲ ਮਾਰੀ ਤੇ ਅੱਜ ਉਹ ਰਾਹੁਲ ਗਾਂਧੀ ਦੀ ਸਫ਼ਾਬੰਦੀ ਕਰ ਰਿਹਾ ਕਿ ਉਹਨੂੰ ਪ੍ਰਧਾਨ ਮੰਤਰੀ ਦਾ ਇਸ ਲੈਵਲ ਦਾ ਦਾਅਵੇਦਾਰ ਬਣਾਇਆ ਜਾ ਸਕੇ ਜਿਸ ਦੇ ਪਿੱਛੇ ਮਮਤਾ ਬੈਨਰਜੀ ਵੀ ਖੜੀ ਹੋ ਜਾਏ, ਜਿਸ ਦੇ ਪਿੱਛੇ ਉਧਵ ਠਾਕਰੇ ਵੀ ਖੜੇ ਹੋ ਜਾਣ, ਜਿਸ ਦੇ ਪਿੱਛੇ ਸ਼ਰਦ ਪਵਾਰ ਵੀ ਖੜੇ ਹੋ ਜਾਣ, ਜਿਸ ਦੇ ਪਿੱਛੇ ਅਰਵਿੰਦ ਕੇਜਰੀਵਾਲ ਵੀ ਖੜੇ ਹੋ ਜਾਣ, ਜਿਸ ਦੇ ਪਿੱਛੇ ਤੁਹਾਡੇ ਇਹ ਸੁਖਦੇਵ ਸਿੰਘ ਢੀਂਡਸਾ ਹੋਣੀ ਵੀ ਖੜੇ ਹੋ ਜਾਣ, ਸੁਖਬੀਰ ਬਾਦਲ ਹੋਣੀ ਵੀ ਜ਼ੋਰ ਲਾ ਕੇ ਆਏ ਨੇ, ਪ੍ਰੇਮ ਸਿੰਘ ਚੰਦੂਮਾਜਰਾ ਸ਼ਰਦ ਪਵਾਰ ਨੂੰ ਮਿਲਣ ਲਈ ਗਏ ਸੀ ਮੁੰਬਈ ਪਰ ਉਹਨਾਂ ਨੇ ਹੱਥ ਨਹੀਂ ਫੜਾਇਆ। ਸੋ ਇਹ ਇਹ ਕਿਤੇ ਨਾ ਕਿਤੇ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਜਿਹੜੀ ਸ਼ਰਦ ਪਵਾਰ ਦੀ ਪਾਰਟੀ ਹੈਗੀ ਐਨ ਸੀ ਪੀ ਉਹ ਵੀ ਪੰਜਾਬ ਦੇ ਵਿੱਚ ਕਿਤੇ ਤੁਹਾਨੂੰ ਸਫ਼ਾਬੰਦੀ ਕਰਦੀ ਦਿਖੇ ਤੇ ਤੁਹਾਨੂੰ ਅਚਾਨਕ ਹੀ ਇਹ ਕੁਛ ਵੱਡੀ ਐਨ ਸੀ ਪੀ ਪੰਜਾਬ ਦੇ ਵਿੱਚ ਵੀ ਦਿਖ ਸਕਦੀ ਹੈ ਜਿਸ ਤਰੀਕੇ ਨਾਲ ਇਹ ਗੱਲਾਂ ਹੋ ਰਹੀਆਂ। ਬਾਜਵਾ ਜੀ ਨੇ ਕਿਹਾ ਕਿ ਕੋਈ ਬੰਦਾ ਆਏਗਾ ਮਤਲਬ ਅੰਬਰੇਲਾ ਤੋਂ ਆਏਗਾ ਜਿਸਨੂੰ ਅਮਰਿੰਦਰ ਸਿੰਘ ਦੀ ਸਪੋਰਟ ਹੋਏਗੀ ਔਰ ਬੀਜੇਪੀ ਦਾ ਉਹ ਕੈਂਡੀਡੇਟ ਹੋਏਗਾ ਔਰ ਉਹ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦੇਵੇਗਾ। ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਖੁਦ ਪ੍ਰਸ਼ਾਂਤ ਕਿਸ਼ੋਰ ਦਾ ਬਣਾਇਆ ਹੋਇਆ ਇੱਕ ਮੋਹਰਾ ਹੈਗਾ। ਨਹੀਂ ਨਵਜੋਤ ਸਿੰਘ ਸਿੱਧੂ ਤਾਂ ਛੱਡ ਕੇ ਸਾਰਾ ਕੁਛ ਅੰਮ੍ਰਿਤਸਰ ਬੈਠ ਗਿਆ ਸੀ, ਉਹ ਦੇਖੋ ਤੁਸੀਂ ਉਹ ਰਾਵਤ ਸਾਹਿਬ ਆਉਂਦੇ ਨੇ, ਰਾਵਤ ਸਾਹਿਬ ਨੂੰ ਵੀ ਪ੍ਰਸ਼ਾਂਤ ਕਿਸ਼ੋਰ ਹੀ ਲੈ ਕੇ ਆਉਂਦਾ ਸਾਰਾ। ਮਤਲਬ ਇਸ ਵੇਲੇ ਬਹੁਤ ਡੂੰਘੀ ਸਿਆਸਤ ਹੋ ਰਹੀ ਆ ਬਟ ਸਾਰੀ ਦੀ ਸਾਰੀ ਬਿਗ ਬੋਸ ਵਾਂਗੂ ਰਿਟਰਨ ਸਕ੍ਰਿਪਟ ਵਿੱਚ ਹੋ ਰਹੀ ਆ। ਪਰ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਾਣੇ ਇਕੱਠੇ ਹੋ ਕੇ ਅਸੀਂ ਸਾਡੇ ਨਾਲ ਜੁੜ ਜਾਣਗੇ ਤੇ ਅਸੀਂ ਮੋਦੀ ਨੂੰ ਚੈਲੰਜ ਕਰ ਦੇਵਾਂਗੇ। ਹੁਣ ਸੁਖਵਿੰਦਰ ਜੀ ਸਭ ਤੋਂ ਵੱਡੀ ਗਲਤੀ ਇੱਥੇ ਹੀ ਹੋ ਰਹੀ ਆ ਕਿ ਉਹ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਮੰਨੀ ਬੈਠੇ ਨੇ, ਉਸਦੀ ਉਮੀਦਵਾਰ ਮੰਨੀ ਬੈਠੇ ਨੇ। ਸਭ ਤੋਂ ਵੱਡੀ ਹੀ ਗਲਤੀ ਇੱਥੇ ਹੋ ਜਾਂਦੀ ਹੈ ਕਿਉਂਕਿ ਇਹ ਉਹ ਵਾਲੀ ਇਮਾਰਤ ਬਣੂਗੀ ਜਿਹਦੀ ਕੋਈ ਨਿਉਂ ਹੀ ਨਹੀਂ ਹੈਗੀ। ਰਾਹੁਲ ਗਾਂਧੀ ਨੋ ਡਾਊਟ ਕਿ ਬਹੁਤ ਸਿਆਣਾ ਨੇਤਾ, ਮੰਨ ਲਿਆ ਉਹਦੇ ਬੜੇ ਅੱਛੇ ਵਿਚਾਰ ਨੇ, ਪਰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੋਣ ਲਈ ਤੁਹਾਨੂੰ ਬਹੁਤ ਕੁਝ ਹੋਣਾ ਪੈਣਾ ਔਰ ਬੜੇ ਵੱਡੇ ਵੱਡੇ ਨਕਸ਼ਾ ਨਵੀਸਾ ਦੀ ਜੋ ਸਿਆਸਤ ਦੇ ਨਕਸ਼ਾ ਨਵੀਸ ਨੇ ਜੋ ਸਿਆਸਤ ਦੇ ਚੜਕਿਆ ਹੋ ਚੁੱਕੇ ਨੇ ਉਹਨਾਂ ਨੂੰ ਮਿੱਧ ਕੇ ਤੁਹਾਨੂੰ ਉਸ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣਾ ਪੈਣਾ ਕਿਉਂਕਿ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ਕਿਸੇ ਇੱਕ ਪਰਿਵਾਰ ਦੀ ਜਗੀਰ ਨਹੀਂ ਰਹੀ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ। ਕੱਲ ਨੂੰ ਹੋ ਸਕਦਾ ਕਿ 10 ਸਾਲ ਪੂਰੇ ਹੋਣ ਤੋਂ ਬਾਅਦ ਸੰਘ ਜਾਂ ਭਾਜਪਾ ਕਿਸੇ ਨਵੇਂ ਉਮੀਦਵਾਰ ਨੂੰ ਲੈ ਕੇ ਭਾਜਪਾ ਦੀ ਸਰਕਾਰ ਆਪਣੀਆਂ ਲੋਕ ਸਭਾ ਚੋਣਾਂ ਵਿੱਚ ਉਤਰਨ। ਸੋ ਇਹ ਉਹ ਮੋਦੀ ਦਾ ਕੋਈ ਰਿਸ਼ਤੇਦਾਰ ਨਹੀਂ ਹੋਏਗਾ, ਇਹ ਗੱਲ ਤਾਂ ਤੈਅ ਹੈ। ਸੋ ਇੱਕ ਨਵਾਂ ਚਲਨ ਰਾਸ਼ਟਰੀ ਪੱਧਰ ਦੇ ਉੱਪਰ ਇਹ ਤਾਂ ਚੱਲ ਪਿਆ ਕਿ ਜਿਹੜੀ ਵੱਡੀਆਂ ਉਮੀਦਵਾਰੀਆਂ ਨੇ ਜਾਂ ਵੱਡੀਆਂ ਪਦਵੀਆਂ ਨੇ ਉਹ ਕਿਸੇ ਪਰਿਵਾਰ ਦੀ ਜਗੀਰਦਾਰੀ ਨਹੀਂ ਹੈਗੀ। ਅਕਾਲੀ ਦਲ ਬਾਦਲ ਨਾਲ ਵੀ ਭਾਜਪਾ ਦੇ ਵੱਡੇ ਵੱਡੇ ਇਸੇ ਕਰਕੇ ਡੂੰਘੇ ਜਿਹੜੇ ਰਿਸ਼ਤੇ ਸੀ ਉਹ ਟੁੱਟਣ ਦਾ ਕਾਰਨ ਇਹੀ ਸੀ ਕਿਉਂਕਿ ਮੋਦੀ ਤੇ ਅਮਿਤ ਸ਼ਾਹ ਇਹ ਬੜੇ ਤਰੀਕੇ ਨਾਲ ਐਡਵਾਈਜ਼ ਕਰ ਰਹੇ ਸੀ ਬਾਦਲ ਸਾਹਿਬ ਨੂੰ ਕਿ ਤੁਸੀਂ ਸੁਖਬੀਰ ਨੂੰ ਮੁੱਖ ਮੰਤਰੀ ਨਾ ਬਣਾਓ, ਕਿਸੇ ਹੋਰ ਬੰਦੇ ਨੂੰ ਅੱਗੇ ਲਿਆਓ, ਉਹਦੀ 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 ਸ਼ਰੀਕੇ ਹਯਾਤ ਨੂੰ ਲਿਆਓ, ਹਰਸਿਮਰਤ ਕੌਰ ਬਾਦਲ ਨੂੰ ਲਿਆਓ। ਪਰ ਨਹੀਂ, ਬਾਬਾ ਜੀ ਆਪਣੀ ਜ਼ਿੱਦ ਤੇ ਅੜੇ ਰਹੇ ਤੇ ਉਹ ਜ਼ਿੱਦ ਪਗਾਉਣ ਲਈ ਕਿਸ ਲੈਵਲ ਤੱਕ ਅਕਾਲੀ ਦਲ ਚਲਾ ਗਿਆ। ਅੱਜ ਉਹ ਹਾਲਾਤ ਇਹ ਨੇ ਕਿ ਉਹ ਆਪਣੀਆਂ ਆਪਣੀ ਆਪਣੀ ਹੋਂਦ ਨੂੰ ਧਰਾਤਲ ਦੇ ਉੱਪਰ ਲੱਭਦਾ ਨਜ਼ਰ ਆਉਂਦਾ ਹੈਗਾ। ਸੋ ਪ੍ਰਸ਼ਾਂਤ ਕਿਸ਼ੋਰ, ਕਨ੍ਹਈਆ ਕੁਮਾਰ, ਹਾਂਜੀ ਹਾਰਦਿਕ ਪਟੇਲ ਔਰ ਨਵਜੋਤ ਸਿੰਘ ਸਿੱਧੂ, ਇਹ ਮੈਂ ਸਮਝਦਾ ਕਿ ਇਹ ਇੱਕ ਸਿਆਸਤ ਦੇ ਐਸੇ ਪਿਆਦੇ ਨੇ ਜਿਨ੍ਹਾਂ ਨੂੰ ਸੱਤਾ ਹਥਿਆਉਣ ਲਈ ਵਰਤਿਆ ਗਿਆ ਕਿਉਂਕਿ ਸੱਤਾ ਤਾਂ ਚੰਨੀ ਵਰਗੇ ਬੰਦਿਆਂ ਦੇ ਹੱਥਾਂ 'ਚ ਆਉਣਾ ਜਿਨ੍ਹਾਂ ਨੇ ਰਾਹੁਲ ਗਾਂਧੀ ਦੇ ਹਿਸਾਬ ਨਾਲ ਕੰਮ ਕਰਨਾ। ਬਾਕੀ ਸੂਰਮਾ ਹੈਗਾ ਨਵਜੋਤ ਸਿੰਘ ਸਿੱਧੂ, ਤੁਹਾਨੂੰ ਕੀ ਲੱਗਦਾ ਜੇ ਆਪਾਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾ ਦਈ ਉਹ ਸੁਣੂਗਾ ਨਵਜੋਤ ਉਹਦੀ ਰਾਹੁਲ ਗਾਂਧੀ ਦੀ? ਨਹੀਂ ਸੁਣਨੀ ਉਹਨੂੰ। ਜੇ ਤੁਸੀਂ ਅੱਜ ਉਹਨੂੰ ਹੋਮ ਡਿਪਾਰਟਮੈਂਟ ਵੀ ਉਹਦੇ ਕਿਸੇ ਬੰਦੇ ਨੂੰ ਦੇ ਦਿਓ, ਆਰਡਰ ਇਹੀ ਹੋਣਾ ਵੀ ਬਾਦਲਾਂ ਨੂੰ ਚੱਕ ਕੇ ਅੰਦਰ ਕਰ ਦਿਓ। ਬਾਦਲ ਤਾਂ ਖੁਦ ਬਾਰ ਬਾਰ ਛਾਤੀ ਠੋਕ ਕੇ ਕਹਿ ਰਹੇ ਨੇ ਸਾਨੂੰ ਚੱਕੋ ਕਰੋ ਅੰਦਰ, ਸਾਨੂੰ ਚੱਕੋ ਕਰੋ ਅੰਦਰ, ਕਿਉਂਕਿ ਉਹਨਾਂ ਨੂੰ ਪਤਾ ਕਿ ਸਿਆਸਤ ਵਿੱਚ ਨੁਕਸਾਨ ਕਰਾਉਣਾ ਵੀ ਜਾਂ ਜੇਲ੍ਹ ਵਿੱਚ ਜਾਣਾ ਵੀ ਵੱਡਾ ਨਾਮ ਕਰਾਉਣਾ ਹੁੰਦਾ ਔਰ ਉਸ ਲਈ ਉਹ ਤਿਆਰ ਨੇ। ਸੁਖਵਿੰਦਰ ਜੀ ਜੀ ਸਮਤ ਸਾਹਿਬ, ਜਦੋਂ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਅਸੀਂ ਗੱਲ ਕਰਦੇ ਹਾਂ, ਉਹਨਾਂ ਨੇ ਪਹਿਲਾਂ ਵੀ ਕੈਪਟਨ ਸਾਹਿਬ ਤੇ ਤੰਜ ਕੱਸਿਆ ਜਦੋਂ ਕੈਪਟਨ ਸਾਹਿਬ ਨੇ ਸਿੱਧੂ ਦੇ ਉੱਤੇ ਜਿਹੜਾ ਵਾਰ ਕੀਤਾ ਕਿ ਖਤਰਾ ਆ, ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਕਿੰਨਾ ਕੁਝ ਆ। ਹੁਣ ਉਹ ਫੇਰ ਇੱਕ ਵਾਰ ਕਹਿ ਰਹੇ ਨੇ ਕਿ ਵੱਡਾ ਰੋੜਾ ਹਟ ਗਿਆ, ਹੁਣ ਜਿੱਤੇਗਾ ਪੰਜਾਬ ਮਿਸ਼ਨ ਵੱਲ ਅਸੀਂ ਜਾ ਰਹੇ ਹਾਂ, ਹੋਰ ਵੀ ਸ਼ੇਰੋ ਸ਼ਾਇਰੀ ਉਹਨਾਂ ਨੇ ਕੀਤੀ। ਤੇ ਉਧਰੋਂ ਕੈਪਟਨ ਸਾਹਿਬ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਫੇਸ ਸਿੱਧੂ ਦੇ ਖਿਲਾਫ ਲੈ ਕੇ ਆਉਣਾ, ਤੇ ਇਹ ਵੀ ਮੰਨਿਆ ਜਾ ਰਿਹਾ ਕਿ ਸ਼ਾਇਦ ਪਿੱਛੋਂ ਬੀਜੇਪੀ ਦੀ ਪੂਰੀ ਸਪੋਰਟ ਹੈ ਕਿਉਂਕਿ ਬੀਜੇਪੀ ਵੀ ਉਹੀ ਸੁਰ ਚ ਸੁਰ ਮਿਲਾਉਂਦੀ ਹੈ ਜੋ ਕੈਪਟਨ ਸਾਹਿਬ ਹੋਰੀ ਕਹਿੰਦੇ ਨੇ, ਜਾਂ ਕੈਪਟਨ ਸਾਹਿਬ ਬੀਜੇਪੀ ਦੀ ਸੁਰ ਚ ਸੁਰ ਮਿਲਾਉਂਦੇ ਨੇ। ਉਹ ਕਹਿੰਦੇ ਨੇ ਕਿ
ਸਾਡੇ ਵੱਲੋਂ ਕੈਪਟਨ ਸਾਹਿਬ ਦਾ ਵੈਲਕਮ ਹੈ ਜਦੋਂ ਮਰਜ਼ੀ ਹੋਣ। ਇਹਨਾਂ ਦੋਨਾਂ ਕੜੀਆਂ ਨੂੰ ਕਿੱਦਾਂ ਦੇਖਦੇ ਹੋ ਪੰਜਾਬ ਦੀ ਸਿਆਸਤ ਦੇ ਵਿੱਚ? ਨਵਜੋਤ ਸਿੱਧੂ ਦੇ ਰਾਹ ਦੇ ਵਿੱਚ ਵੀ ਬੜੇ ਰੋੜੇ ਨੇ ਹਾਲੇ। ਸੁਖਵਿੰਦਰ ਜੀ, ਦੋ ਧਾਰੀ ਤਲਵਾਰ ਦੇ ਉੱਤੇ ਚੱਲਣਾ ਬੜਾ 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 ਔਖਾ ਹੁੰਦਾ। ਜੇ ਮੁਸਤਫਾ ਸਾਹਿਬ ਇਹ ਗੱਲਾਂ ਕਰ ਰਹੇ ਨੇ ਕਿ ਹਲੇ ਬੜਾ ਕੁਛ ਹੋ ਗਿਆ, ਰੋੜਾ ਹਟ ਗਿਆ, ਮੈਂ ਪੁੱਛਦਾ ਵੀ ਰੋੜਾ ਤਾਂ ਜਦੋਂ ਉਹਨਾਂ ਨੇ ਡੀਜੀਪੀ ਬਣਨਾ ਸੀ ਉਦੋਂ ਵੀ ਇਹੀ ਰੋੜਾ ਸੀ। ਬਿਲਕੁਲ ਜੀ ਸਮਝ ਸਾਹਿਬ, ਮੇਰਾ ਆਖਰੀ ਸਵਾਲ ਹੈ, ਇਸ ਸਭ ਸਿਨੈਰੀਓ ਦੇ ਵਿਚਾਲੇ ਕਿਸਾਨ ਜਿਹੜੇ ਨੇ ਉਹ ਵੱਡੀ ਭੂਮਿਕਾ ਕਹਿ ਲਓ ਕਿ ਰੱਖਦੇ ਨੇ, ਭਾਰਤ ਬੰਦ ਦਾ ਅਸਰ ਜਾਂ ਉੱਧਰ ਬੀਜੇਪੀ ਦੇ ਵਿੱਚ ਚਰਚਾ ਕਿ ਅਗਲੇ ਸਮੇਂ ਦੇ ਵਿੱਚ ਆਉਣ ਵਾਲੇ ਕੁੱਝ ਦਿਨਾਂ ਦੇ ਵਿੱਚ ਕਹਿੰਦੇ ਯੂਪੀ ਚੋਣਾਂ ਤੋਂ ਪਹਿਲਾਂ ਪਹਿਲਾਂ ਉਹਨੂੰ ਵੀ ਦੇਖਦੇ ਆ ਤੇ ਕਿਤੇ ਨਾ ਕਿਤੇ ਕਿਸਾਨਾਂ ਨਾਲ ਕਿਸੇ ਪੱਧਰ ਦੇ ਉੱਤੇ ਗੱਲਬਾਤ ਜਿਹੜੀ ਉਹ ਨੇਪਰੇ ਚੜ ਜਾਣੀ ਆ, ਫਿਰ ਉਸ ਤੋਂ ਬਾਅਦ ਚੋ ਦੇਸ਼ ਦੀ ਸਿਆਸਤ ਦੇ ਵਿੱਚ ਕਿਸਾਨਾਂ ਦੀ ਭੂਮਿਕਾ, ਉੱਧਰ ਰਾਕੇਸ਼ ਟਕੈਤ ਉਹਨਾਂ ਦਾ ਕੱਦ ਇੰਨਾ ਵੱਡਾ ਹੋਣਾ, ਇੱਧਰ ਪੰਜਾਬ 'ਚ ਰਾਜੇਵਾਲ ਸਾਹਿਬ ਦਾ ਕੱਦ, ਦੂਜੇ ਪਾਸੇ ਸਿੱਧੂ ਸਾਹਿਬ ਦੀ ਪੋਲਿਟਿਕਸ ਤੇ ਅਸੀਂ ਬਾਕੀ ਸਿਆਸੀ ਪਾਰਟੀਆਂ ਨੂੰ ਜਿਵੇਂ ਦੇਖਦੇ ਹਾਂ, ਓਵਰਆਲ ਜਦੋਂ ਦੇਸ਼ ਦੇ ਨਕਸ਼ੇ ਤੇ ਦੇਖੀਏ ਤਾਂ ਕਿੱਦਾਂ ਦੇਖਦੇ ਹੋ ਇਸ ਸਭ ਨੂੰ, ਕਿਸਾਨੀ ਅੰਦੋਲਨ ਨੂੰ ਅੱਜ ਦੀ ਡੇਟ ਦੇ ਵਿੱਚ? ਆਉਣ ਵਾਲੇ ਦਿਨਾਂ 'ਚ ਕੀ ਬਣਨਾ ਉਹ ਤਾਂ ਸਮਝ ਦੱਸੋ। ਦੇਖੋ, ਇੱਕ ਗੱਲ ਤਾਂ ਸਾਰਿਆਂ ਨੂੰ ਸਮਝ ਆ ਗਈ ਆ ਕਿ ਇਸ ਵੇਲੇ ਪੂਰੇ ਦੇ ਪੂਰੇ ਹਿੰਦੁਸਤਾਨ ਦੀਆਂ ਸਿਆਸੀ ਪਾਰਟੀਆਂ ਆਪਣਾ ਖਹਿੜਾ ਕਿਸਾਨਾਂ ਤੋਂ ਛੁਡਾਉਣਾ ਚਾਹ ਰਹੀਆਂ ਨੇ। ਉਹ ਕਿਤੇ ਨਾ ਕਿਤੇ ਇਹੋ ਜਿਹਾ ਜਗ੍ਹਾ ਲੱਭ ਰਹੀਆਂ ਨੇ ਕਿ ਬਿਨਾਂ ਕਿਸਾਨਾਂ ਦੀ ਸਪੋਰਟ ਤੋਂ ਆਪਣੀਆਂ ਸਰਕਾਰਾਂ ਬਣਾ ਲੈਣ। ਇਹ ਗੱਲ ਕਿਸਾਨ ਨੇਤਾਵਾਂ ਨੂੰ ਵੀ ਸਮਝ ਆ ਚੁੱਕੀ ਆ। ਸੋ ਉੱਥੇ ਕਿਤੇ ਨਾ ਕਿਤੇ ਉਹ ਗੱਲ ਮੇਰੀ ਦਰੁਸਤ ਬੈਠਦੀ ਆ ਕਿ ਜੋ ਨਵਾਂ ਯੂਥ ਆਪਣੇ ਆਪ ਨੂੰ ਉਹ ਪੁਰਾਣੇ ਲੀਡਰਾਂ ਨਾਲ ਸੈਲਫੀਆਂ ਖਿਚਾ ਰਿਹਾ, ਜੇ ਉਹ ਆਪਣੇ ਆਪ ਨੂੰ ਸਿਆਸਤ ਵਿੱਚ ਲਾਂਚ ਕਰਦਾ ਤੇ ਸਾਡੀ ਕਿਸਾਨੀ ਆ ਜਿਹੜੀ ਉਹਨੂੰ ਮਾਫ਼ ਕਰਨਾ, ਸਾਡੀ ਕਿਸਾਨੀ ਆ ਉਹਨੂੰ ਸਿੱਧੇ ਤੌਰ ਦੇ ਉੱਪਰ ਉਹਨੂੰ ਸੰਬੋਧਿਤ ਕਰਦੀ ਹੈ ਔਰ ਇੱਕ ਵੱਡਾ ਡਾਇਲੋਗ ਸ਼ੁਰੂ ਹੁੰਦਾ। ਇੱਥੇ ਆ ਕੇ ਸੁਖਵਿੰਦਰ ਜੀ, ਪ੍ਰੈਸ ਦਾ ਬੜਾ ਵੱਡਾ ਰੋਲ, ਬਹੁਤ ਇੰਪੋਰਟੈਂਟ ਰੋਲ ਆ। ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਚਾਰ ਚਾਰ ਪੰਜ ਪੰਜ ਪ੍ਰੈਸ ਕਲੱਬ ਨੇ। ਮੈਂ ਕਹੂੰਗਾ ਪ੍ਰੈਸ ਦਾ ਕੰਮ ਸਿਰਫ ਖਬਰਾਂ ਬੁਲਾਉਣਾ ਜਾਂ ਬਣੀਆਂ ਹੋਈਆਂ ਖਬਰਾਂ ਨੂੰ ਨਸ਼ਰ ਕਰਨਾ ਨਹੀਂ ਹੁੰਦਾ, ਇੱਕ ਸਮਾਜ ਵਿੱਚ ਬਣਦਾ ਡਾਇਲੋਗ, ਇੱਕ ਸੰਵਾਦ ਵੀ ਸ਼ੁਰੂ ਕਰਨਾ ਹੁੰਦਾ। ਅੱਜ ਪੰਜਾਬ ਨੂੰ ਪ੍ਰੈਸ ਨੂੰ ਸੰਜੀਦਾ ਹੋਣ ਦੀ ਲੋੜ ਆ। ਸੈਮੀਨਾਰ, ਕੌਨਕਲੇਵ, ਇਹੋ ਜਿਹੀਆਂ ਚੀਜ਼ਾਂ ਪ੍ਰੈਸ ਨੂੰ ਕਰਾਉਣੀਆਂ ਪੈਣਗੀਆਂ, ਨਹੀਂ ਵੱਡੇ ਵੱਡੇ ਪ੍ਰੈਸ ਕਲੱਬ ਬਣਾ ਕੇ ਉਹਨਾਂ ਸਿਰਫ ਪੀਆਰ ਕਰਨ ਦਾ, ਆਪਣੇ ਗੱਫੇ ਇਕੱਠੇ ਕਰਨ ਦਾ ਕੋਈ ਫਾਇਦਾ ਨਹੀਂ। ਅੱਜ ਲੋਕਾਂ ਨੂੰ ਪ੍ਰੈਸ ਨਾਮਾ ਨਿਗਾਰਾਂ ਦੀ ਵੀ ਉਨੀ ਹੀ ਸੀਰੀਅਸਲੀ ਜ਼ਰੂਰਤ ਹੈਗੀ ਆ ਜਿੰਨੀ ਇੱਕ ਸੀਰੀਅਸ ਲੀਡਰਸ਼ਿਪ ਦੀ ਜ਼ਰੂਰਤ ਆ। ਅੱਜ ਹਰ ਵਰਗ ਨੂੰ ਅੱਗੇ ਆ ਕੇ ਸੋਚਣਾ ਪਊਗਾ। ਕੀ ਕਹਿ ਰਹੇ ਹੋ ਤੁਸੀਂ? ਮੈਂ ਇੱਥੇ ਇੱਕ ਗੱਲ ਹੋਰ ਜੋੜਦਾ, ਮੇਰੇ ਧਿਆਨ ਵਿੱਚ ਆ ਗਿਆ ਕਿ ਦੀਪ ਸਿੱਧੂ ਨੇ ਵੀ ਹੁਣ ਵਾਰਿਸ ਪੰਜਾਬ ਦੇ ਜਿਹੜੀ ਲਹਿਰ ਆ ਉਹ ਪੰਜਾਬ 'ਚ ਉਹਦੇ ਪੈਰ ਪਾਉਣੇ ਸ਼ੁਰੂ ਕਰ ਦਿੱਤੇ। ਮੇਰੇ ਖਿਆਲ 'ਚ ਕੱਲ੍ਹ ਪਰਸੋਂ ਤੱਕ ਉਹਨਾਂ ਦੀ ਪ੍ਰੈਸ ਕਾਨਫਰੰਸ ਹੈ ਚੰਡੀਗੜ੍ਹ ਦੇ ਵਿੱਚ। ਇਹ ਕਿਸਾਨੀ ਅੰਦੋਲਨ ਨਾਲ ਹੀ ਜੋੜ ਕੇ ਥੋੜਾ ਜਿਹਾ ਇਹਨੂੰ ਵੀ ਕਲੀਅਰ ਕਰ ਦਿਓ ਤਾਂ ਕਿ ਦਰਸ਼ਕਾਂ ਨੂੰ। ਕਿਸਾਨੀ ਅੰਦੋਲਨ ਤੋਂ ਦੀਪ ਸਿੱਧੂ ਨੂੰ ਵੱਖ ਕਰ ਦਿੱਤਾ ਗਿਆ। ਸੋ ਦੀਪ ਸਿੱਧੂ ਵੀ ਅਕਾਲੀ ਦਲ ਵਾਲਾ ਹਾਲ ਆ, ਉਹ ਵੀ ਆਪਣਾ ਧਰਾਤਲ ਦੇ ਆਪਣਾ ਉਹ ਲੱਭ ਰਿਹਾ ਕਿ ਮੈਂ ਕਿੱਥੇ ਖੜਾ ਹੈਗਾ। ਸ਼ੰਭੂ ਵਾਲਾ ਜਿਹੜਾ ਮੋਰਚਾ ਸੀ ਉਹ ਮਾਲੀ ਸਾਹਿਬ ਉਹਨਾਂ ਨੇ ਬੜਾ ਕਲੀਅਰ ਕਰਤਾ ਕਿ ਸਾਰਾ ਪੇਡ ਸੀ, ਇੱਕ ਬਿਜ਼ਨਸ ਪ੍ਰਪੋਜ਼ਲ ਸੀ। ਤੇ ਹੁਣ ਵੀ ਜੇ ਉਹ ਵਾਰਿਸ ਪੰਜਾਬ ਦੇ ਕੋਈ ਨਵਾਂ ਪੈਂਤੜਾ ਲੈ ਕੇ ਆਉਂਦੇ ਨੇ ਤਾਂ ਮੈਨੂੰ ਪਤਾ ਹੈਗਾ ਵੀ ਇਹ ਬਿਜ਼ਨਸ ਪ੍ਰਪੋਜ਼ਲ ਹੀ ਹੋਏਗੀ, ਕਿਉਂਕਿ ਵਪਾਰੀਆਂ ਦਾ ਸਮੂਹ ਆ, ਚਾਹੇ ਉਹਨਾਂ ਦਾ ਪ੍ਰੋਡਿਊਸਰ ਹੈਗਾ ਉਹ ਪਟਿਆਲੇ ਵਾਲਾ ਦੇਵਗਨ ਸਾਹਿਬ, ਤੇ ਚਾਹੇ ਉਜਾੜ ਗਰੇਵਾਲ ਹੈਗੇ ਨੇ, ਜਿੰਨੇ ਵੀ ਉਹਦੇ ਨਾਲ ਜੁੜੇ ਹੋਏ ਸੀ ਉਹ ਸਾਰੇ ਵਪਾਰੀ ਲੋਕ ਸੀ, ਮੌਕਾ ਪ੍ਰਸਤ ਲੋਕ ਨੇ। ਇਹਨਾਂ ਤੋਂ ਤੁਸੀਂ ਪੰਜਾਬ ਲੈਵਲ ਦੀ ਆਸ ਰੱਖਣੀ ਤਾਂ ਬੜੀ ਹੌਲੀ, ਮਤਲਬ ਬਹੁਤ ਗਲਤੀ ਹੋਏਗੀ, ਸੰਜੀਦਾ ਹੋਣ ਦੀ ਵੀ ਨਹੀਂ ਗੱਲ ਸੋਚ ਸਕਦੇ। ਲੱਖਾ ਸਡਾਣਾ, ਚੜੂਨੀ ਸਾਹਿਬ, ਮੈਂ ਤਾਂ ਕਈ ਚੀਜ਼ਾਂ ਆ ਰਹੀਆਂ ਨੇ ਕਿਸਾਨੀ ਨੂੰ ਲੈ ਕੇ ਲੋਕ ਉਤਰਨਗੇ, ਸਿਆਸਤ ਵਿੱਚ ਉਤਰਨਗੇ ਔਰ ਉਹ ਕਿਤੇ ਨਾ ਕਿਤੇ ਪੈਰਲਲ ਗੱਠਜੋੜ ਕਰਨ ਦੀ ਵੀ ਕੋਸ਼ਿਸ਼ ਕਰਨਗੇ। ਪਰ ਇਸ ਵੇਲੇ ਗੱਲ ਸਾਰੀ ਮੁੱਕਦੀ ਉੱਥੇ ਆ ਕੇ ਆ ਕਿ ਜਿਹੜੀ ਸਾਡੀ ਸੰਯੁਕਤ ਕਿਸਾਨ ਮੋਰਚਾ ਹੈਗਾ ਉਹ ਕਿੰਨੀ ਛੇਤੀ ਇਸ ਦੇ ਉੱਪਰ ਫੈਸਲਾ ਲੈਂਦਾ। ਜੇ ਉਹ ਜਿਹੜੀਆਂ ਸਾਡੀਆਂ ਕੀ ਕਹਿੰਦੇ ਨੇ ਉਹਨਾਂ ਨੂੰ ਰਾਜਨੀਤਿਕ ਇਕਾਈਆਂ ਨੇ, ਉਹਨਾਂ ਨੂੰ ਚੰਡੀਗੜ੍ਹ ਵਿੱਚ ਆ ਕੇ ਬੁਲਾ ਕੇ ਉਹਨਾਂ ਨੂੰ ਠੱਲ ਪਾ ਸਕਦੇ ਨੇ ਕਿ ਤੁਸੀਂ ਰੈਲੀਆਂ ਨਹੀਂ ਕਰਨੀਆਂ, ਤਾਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਇਹਦੇ ਉੱਤੇ ਵੀ ਫੈਸਲਾ ਲੈ ਲੈਣਾ ਚਾਹੀਦਾ ਕਿ ਅਸੀਂ ਆਪਣੇ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ ਹੋਏ ਕਿਹੜੇ ਕਿਹੜੇ ਕੈਂਡੀਡੇਟਸ ਨੂੰ ਬਿਨਾਂ ਸਿੰਬਲ ਤੋਂ ਸਿੱਧੇ ਤੌਰ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਦੇ ਮਤਲਬ ਇੱਕ ਰਿਪ੍ਰੈਜੈਂਟੇਟਿਵ ਬਣਾ ਕੇ ਉਹਨਾਂ ਨੂੰ ਅੱਗੇ ਪੇਸ਼ ਕਰਦੀ ਹੈ, ਜਿਸ ਨੂੰ ਡੈਫੀਨੇਟਲੀ ਸਮਾਜ ਨੂੰ ਫਾਇਦਾ ਹੋਏਗਾ। ਔਰ ਮੈਂ ਤਾਂ ਯੂਥ ਨੂੰ ਇਨਫੈਕਟ ਇਹ ਬੇਨਤੀ ਵੀ ਕਰੂੰਗਾ ਕਿ ਆਪਣੇ ਆਪ ਨੂੰ ਉਸ ਤਰੀਕੇ ਨਾਲ ਤਿਆਰ ਕਰੋ, ਕਿਉਂਕਿ ਗੁਰੂ ਸਾਹਿਬ ਨੇ ਵੀ ਕਿਹਾ ਸੀ ਨਾ ਬਾਣੀ ਵਿੱਚ ਬੜੀ ਸੋਹਣੀ ਇੱਕ ਪੰਕਤੀ ਆਉਂਦੀ ਹੈਗੀ ਆ ਕਿ ਜੋ ਤਾਓ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਗਲੀ ਤਲੀ ਮੋਰੀ ਆਓ, ਇਹ ਤਾਂ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਇਸ ਵੇਲੇ ਪੰਜਾਬ ਦੀ ਸਿਆਸਤ ਦਾ ਇਹ ਹਾਲ ਆ, ਜੰਗ ਦਾ ਮੈਦਾਨ ਨਹੀਂ, ਤਲਵਾਰ ਨਹੀਂ ਚੱਕਣੀ,
ਆਪਣੇ ਕਿਰਦਾਰ ਨੂੰ ਬਚਾਉਣਾ ਸਭ ਤੋਂ ਵੱਡੀ ਲੜਾਈ ਤਾਂ ਉਹਨਾਂ ਉਮੀਦਵਾਰਾਂ ਦੀ ਹੈ ਜਿਹਨਾਂ ਨੇ ਉਮੀਦਵਾਰੀਆਂ ਪੇਸ਼ ਕਰਨੀਆਂ, ਆਪਣੇ ਕਿਰਦਾਰ ਨੂੰ ਬਚਾਉਣਾ, ਆਪਣੀ ਸੰਜੀਦਗੀ ਨੂੰ ਖੜਾ ਕਰਨਾ ਔਰ ਮਿਸ਼ਨ ਪੰਜਾਬ ਦੇ ਉੱਪਰ ਕੰਮ ਕਰਨਾ ਕਿ ਬੇਰੁਜ਼ਗਾਰੀ ਨੂੰ ਕਿਵੇਂ ਠੱਲ ਪਾਉਣੀ ਆ ਔਰ ਇਹਨਾਂ ਜਿਹੜੇ ਵਿਕਦੇ ਹੋਏ ਥਾਣਿਆਂ ਨੂੰ ਕਿਵੇਂ ਰੋਕਣਾ ਹੈਗਾ ਔਰ ਜਿਹੜੀਆਂ ਟਿਕਟਾਂ ਵੇਚੀਆਂ ਜਾਂਦੀਆਂ ਨੇ ਇਹਨਾਂ ਨੂੰ ਕਿਵੇਂ ਰੋਕਣਾ, ਕਿਉਂਕਿ ਸਾਨੂੰ ਪੂਰੀ ਦਾ ਪੂਰੀ ਸਕ੍ਰਿਪਟ ਦੁਆਰੇ ਲਿਖਣੀ ਪੈਣੀ ਆ। ਜੇ ਪ੍ਰਸ਼ਾਂਤ ਕਿਸ਼ੋਰ ਵਰਗਾ ਬੰਦਾ ਸਕ੍ਰਿਪਟ ਲਿਖ ਕੇ ਪਾਰਟੀਆਂ ਦੇ ਹੇਰ ਫੇਰ ਕਰ ਸਕਦਾ ਤੇ ਫਿਰ ਕੀ ਸੰਯੁਕਤ ਕਿਸਾਨ ਮੋਰਚਾ ਬੁੜਾ ਹੋ ਗਿਆ ਜਾਂ ਖਤਮ ਹੋ ਗਿਆ ਜਾਂ ਪੰਜਾਬ ਦੀ ਜਵਾਨੀ ਜਿਹੜੀ ਨਿਕੰਮੀ ਹੋ ਗਈ ਕਿ ਉਹ ਇਸ ਮੁਲਕ ਦਾ ਇਸ ਧਰਤੀ ਦਾ ਮੁਸਤਕਬਲ ਦੁਆਰੇ ਨਹੀਂ ਲਿਖ ਸਕਦੇ। ਸੁਖਵਿੰਦਰ ਜੀ ਬਿਲਕੁਲ ਬਿਲਕੁਲ ਬਿਲਕੁਲ, ਅਖੀਰ ਦੇ ਵਿੱਚ ਮੈਂ ਜਾਂਦਾ ਜਾਂਦਾ ਥੋੜਾ ਕਲੀਅਰ ਕਰਦਾ ਕਿ ਜਿਹੜੀ ਪੰਕਤੀ ਸੀ ਉਹ ਸੀ ਕਿ ਜੋ ਤੋਂ ਪ੍ਰੇਮ ਖਿਲਨ ਕਾ ਚਾਹੋ ਸਿਰ ਧਰ ਤਲੀ ਗਲੀ ਮੋਰੀ ਆਓ। ਕਈ ਵਾਰੀ ਵਿੱਚ ਕਿਹਾ ਹੋ ਜਾਂਦਾ, ਹਾਂਜੀ ਹਾਂਜੀ, ਕੋਈ ਕਿਹਾ ਜਾਂਦਾ ਤੇ ਜੇ ਕੋਈ ਗਲਤ ਸ਼ਬਦ ਬੋਲਿਆ ਗਿਆ ਉਹਦੇ ਲਈ ਖਿਮਾ ਜਾ ਚੁੱਕਾ ਸੀ ਜੀ। ਸ਼ੁਕਰੀਆ ਸਮਤ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਗੁਰਮਿੰਦਰ ਸਿੰਘ ਸਮਤ। ਮੌਜੂਦਾ ਸਿਆਸੀ ਹਾਲਾਤ ਉੱਤੇ, ਓਵਰਆਲ ਪੂਰੇ ਦੇਸ਼ ਦੇ ਵਿੱਚ ਕੀ ਕੁਝ, ਉਹਦੇ ਵਿੱਚ ਪੰਜਾਬ ਦੀ ਭੂਮਿਕਾ ਕਿੱਥੇ ਹੈ, ਸਿਆਸੀ ਤੌਰ ਦੇ ਉੱਤੇ ਅਸੀਂ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।